ਗੱਡੀ ਫੇਰ ਉਹ ਲਿਆਂਦੀ ਜਿਹੜੀ ਸਾਡੇ ਹੈ ਹੀ ਨਹੀਂ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕਿੰਨੇ ਹੁੰਦੇ ਜਿਹੜੇ? ਹਾਂਜੀ ਬਾਜੀ ਮਾਰ ਲਈ ਹੈ ਜਟਾ ਨੇ, ਸਾਰ ਤੋਂ ਪਹਿਲਾਂ ਲਿਆਂਦੀ ਜੇ। ਕੀ ਹਾਲ ਆ ਬਾਜੀ? ਹਾਏ ਹਾਏ ਯਾਰ, ਏਦਾਂ ਨਹੀਂ ਹੋ ਸਕਦਾ। ਕੱਪੜੇ ਪਾਉਣੇ ਨੇ ਵੀ। ਮਿੱਤਰੋ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ। ਲਓ ਵੀ ਤਰੀਕ ਹੋ ਗਈ ਅੱਜ ਸੱਤ ਤਰੀਕ ਆ ਤੇ ਰਾਤੀ ਆਪਾਂ ਬਹੁਤ ਲੇਟ ਆਏ ਅਤੇ ਲੇਟ ਆ ਗਏ ਆਪਾਂ ਗਏ ਸੌਂ, 3 ਵੱਜ ਗਏ ਮੈਨੂੰ ਘੱਟੋ ਘੱਟ ਵੀ। ਹੁਣ ਮੈਨੂੰ 10 ਵਜੇ ਮੈਂ ਉੱਠਿਆ, 11 ਵੱਜ ਗਏ ਹੁਣ। ਨਹਾ ਧੋ ਲਿਆ ਆਪਾਂ ਤੇ ਅੱਜ ਕੰਮ ਬੜੇ ਕਰਨ ਵਾਲੇ, ਫਨ ਵੀ ਬੜਾ ਜ਼ਿਆਦਾ ਹੋਣਾ। ਇੱਕ ਤਾਂ ਅੱਜ ਰਾਜੂ ਦਾ ਭਰਾ ਜਿਹੜਾ ਸਾਬਾ ਬਾਹਰੋਂ ਆਇਆ ਸੀ, ਉਹਦੇ ਅੱਜ ਮਤਲਬ ਕਿ ਵਿਆਹ ਹੋਣਾ ਅਤੇ ਉੱਥੇ ਕੁਝ ਆਇਆ ਨਹੀਂ ਗਿਆ, ਹੈਂ ਫਿਰ ਇਹ ਹੋਣ ਡੇ ਆ। ਮੈਂ ਲੇਟ ਉੱਠਿਆ, ਹਰਮਨ ਉੱਠ ਕੇ ਨਿਕਲ ਗਿਆ, ਠੀਕ ਹੈ, ਮੈਨੂੰ ਉਠਾਇਆ ਵੀ ਨਹੀਂ, ਮੇਰੇ ਕੋਲ ਨਹੀਂ ਜਾਇਆ ਗਿਆ। ਹੁਣ ਸ਼ਾਮੀ ਹੈਗਾ ਵਾ ਨਿਸ਼ਾਨ ਦੇ ਵਾਲ ਫੰਕਸ਼ਨ, ਇੱਧਰ ਵੀ ਪਾਰਟੀ ਆ, ਸ਼ਾਮੀ ਪ੍ਰੋਗਰਾਮ ਇੱਧਰ ਵੀ ਆ, ਸ਼ਾਮੀ ਉੱਧਰ ਵੀ ਆ, ਕੱਲ੍ਹ ਫਿਰ ਇੱਧਰ ਇਹਨਾਂ ਦੀ ਪਾਰਟੀ ਆ ਰਾਜੂ ਕੀ। ਮਤਲਬ ਕਿ 2 ਦਿਨ ਪੂਰਾ ਫਨ ਕਰਨਾ ਆਪਾਂ, ਹੈਂ, ਅਤੇ ਹੁਣ ਕਿੱਥੋਂ ਉੱਠੀਏ, ਘਰੇ ਜਾਈਏ, ਘਰ ਦਾ ਮਾਹੌਲ ਚੱਲ ਵੇਖੀਏ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵਲੋਗ ਕਰਦੇ ਹਾਂ ਸ਼ੁਰੂ। ਆ ਜਾਓ ਫਿਰ ਮਿੱਤਰੋ। ਮੈਂ ਤਾਂ ਨਹਾ ਨੂੰ ਲਿਆ ਉੱਠ ਕੇ, ਫਿਰ ਮੈਂ ਵਲੋਗ ਸ਼ੁਰੂ ਕੀਤਾ। ਮੈਂ ਹਾਂ ਜੇ ਮੈਂ ਪਹਿਲਾਂ ਵਲੋਗ ਸ਼ੁਰੂ ਕਰ ਲਿਆ ਫਿਰ ਮੈਂ ਨਹਾਤਾ ਨਹੀਂ ਜਾਣਾ, ਅਜੇ ਸੁਸਤੀ ਪੈਣ ਡੀ ਗੁਰੂ ਨਹਾਉਣ ਤੋਂ ਬਾਅਦ ਵੀ। ਪਰ ਸੱਜੀ ਮੇਰੀ ਚਿੜ ਗਈ, ਮੈਨੂੰ ਉਠਾਇਆ ਵੀ, ਮੈਂ ਉੱਠਿਆ ਨਹੀਂ ਗਿਆ ਗੁਰੂ। ਚਲੀਏ ਫਿਰ, ਚਲੋ ਆ ਜਾਓ, ਰਨਿੰਗ ਕਰੀਏ ਸਟਾਰਟ ਅਤੇ ਚਲੀਏ ਘਰ ਨੂੰ। ਇਹਦੀ ਧੋਣ ਵਾਲੀ ਹੋਈ ਪਈ ਵਿਚਾਰੀ, ਬਹੁਤ ਬੁਰਾ ਹਾਲ ਹੈ ਪਿਆ ਵਿੱਚੋਂ ਵੀ। ਅਸੀਂ ਉੱਥੇ ਖਾ ਖਾ ਜਨਤਾ ਨਾਲ ਦੀ ਨੇ ਕੀ ਬਣਾਇਆ ਪਿਆ ਵੇਖੋ ਜਨਤਾ ਇੱਧਰ, ਹੈਂ, ਉਹਦੇ ਵਿੱਚ ਪੇਪਰ ਪੂਪਰ ਮੇਰੇ ਸਾਈਡ ਬੈਗ ਦੇ ਵਿੱਚ ਵੀ ਤਾਂ ਕੀ ਸੇਬ ਪਾਏ ਪਏ ਜਨਤਾ ਨੇ, ਹੈਂ, ਤੈਨੂੰ ਗੱਲਾਂ ਕਰਾਈਆਂ ਪਈਆਂ ਨਾਲਦਿਆਂ ਨੇ। ਉੱਧਰ ਵੇਖੋ ਮੈਂ ਵੀ ਵਿੱਚ ਹੀ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਗੰਦ ਪਾਉਣ ਦੇ ਵਿੱਚ ਮੈਂ ਵੀ ਪੂਰਾ ਮੇਰਾ ਯੋਗਦਾਨ ਰਿਹਾ ਵੇਖੋ, ਹੈਂ, ਅੱਜ ਇਹਦੀ ਸਾਫ਼ ਸਫਾਈ ਕਰਾਉਣੀ ਜਾ ਰਹੀ। ਚੱਲ ਵੀ ਰਾਣੀ, ਚੱਲੀਏ ਆਪਾਂ ਘਰ ਨੂੰ। ਹੁਣ ਹੁੰਦੀ ਪਹਿਲੇ ਸਿਰਫ ਸਟਾਰਟ। ਆਹ ਵੀ ਮਿੱਤਰੋ, ਚੱਲੀਏ ਘਰ ਨੂੰ, ਇਹ ਬਾਬੇ ਦਾ ਨਾਂ, ਵੇਖੀਏ ਘਰ ਦਾ ਮਾਹੌਲ ਚੱਲ ਕੀ ਆ, ਕਿਉਂਕਿ ਪ੍ਰੋਗਰਾਮ ਫਿਰ 2 ਦਿਨ ਬੜੇ ਆ ਅਤੇ ਘਰਦਿਆਂ ਕੱਢੀਆਂ ਗਾਲਾਂ ਬਾਪੂ ਹੋਣਾ ਕਿ ਤੁਸੀਂ ਭੈਣ ਘਰ ਨਹੀਂ ਟਿਕਦੇ, ਅਤੇ ਆਪਣੇ ਲੈਂਟਰ ਵੀ ਪੈਣਾ ਕੱਲ੍ਹ ਪਰਸੋਂ ਤੱਕ, ਬਾਬਾ ਸੁੱਖ ਰੱਖੇ, ਅਤੇ ਉਸ ਚੀਜ਼ ਦਾ ਵੀ ਸਮਾਨ ਪੱਤਾ ਸਾਰਾ ਲੈ ਕੇ ਆਉਣਾ, ਸਰੀਆ ਸੁਰੀਆ ਰੇਤਾ ਰੂਤਾ, ਕਾਫੀ ਜ਼ੋਰ ਲੱਗਣੇ ਸਾਡੇ ਭਰਾ ਦੇ ਹੁਣ ਪੈਸੇ ਵੱਲੋਂ। ਅੰਕਲ ਬਾਏ ਬਾਏ, ਆ ਗਿਆ ਬਸ, ਮੈਂ ਥੋੜ੍ਹੇ ਚਿਰ 'ਚ ਰੋਟੀ ਮੇਰੀ ਇੱਥੋਂ ਹੀ ਆ। ਹਾਂ ਮੇਰੀ ਮਾਤਾ ਆਉਂਦੀ ਵੇ, ਵਿਆਹ ਵਾਲੇ ਘਰ 'ਚ ਆਈ ਆ ਮਾਤਾ, ਹੈਂ, ਪੂਰੀਆਂ ਟੋਰਾਂ ਛੋਰਾਂ ਮਾਰੀਆਂ ਹੈ ਮਾਤਾ ਅੱਡੀ ਨੇ। ਓ ਬੱਲੇ ਮਾਤਾ, ਬੱਲਾ ਆ ਗਿਆ ਮਾਤਾ, ਆ ਗਿਆ ਮੈਂ, ਹੈਂ, ਤੁਸੀਂ ਮੇਰੇ ਪਿੱਛੋਂ ਪਿੱਛੋਂ ਕਹਿੰਦਾ ਕੰਮ ਖਿੱਚ ਦਿੰਦੇ ਜੇ ਮੈਂ ਚੰਡੀਗੜ੍ਹ ਨਾ ਰਿਹਾ ਕਰਾਂ, ਜ਼ਿਆਦਾ ਕੰਮ ਖਿੱਚਦੇ ਤੁਸੀਂ, ਹੈਂ। ਤਾਈ ਸਤਿ ਸ਼੍ਰੀ ਅਕਾਲ, ਕੀ ਹਾਲ ਆ? ਹਾਏ 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 ਹਾਏ, ਸਤਿ ਸ਼੍ਰੀ ਅਕਾਲ ਮਾਤਾ, ਕੀ ਹਾਲ, ਠੀਕ ਠਾਕ? ਦਵਾਈ ਲਿਆ ਦਿੰਦੇ ਮਾਤਾ, ਗੋਡਾ ਨਵਾਂ ਪਵਾ ਦਿੰਦੇ, ਹੋਰ ਦੱਸ। ਮਿਸਤਰੀ ਯਾਰ ਵੇ, ਕਿੱਥੇ ਲੱਗਾ ਵੇ, ਕਾਹਨੂੰ ਗੱਲਾਂ ਕਰਾਤੀਆਂ ਸੀ ਪਿੱਛੋਂ ਪਿੱਛੋਂ ਹੀ, ਮੈਂ ਓਕੇ ਰਿਪੋਰਟ ਤੇ ਤੈਨੂੰ ਬਾਅਦ ਚੋਂ ਹੋਣਾ, ਮੈਂ ਨਾ 2-3 ਜ਼ਰੂਰੀ ਕੰਮ ਕਰਨੇ ਆ, ਉਹ ਕਰਕੇ ਤੇ ਮੈਂ ਤੁਹਾਨੂੰ ਫਿਰ ਬਾਅਦ ਚੋਂ ਆਪਾਂ ਆਉਂਦੇ ਹਾਂ, ਪਾਸੇ ਮਿਲਦੇ ਸਾਰਿਆਂ ਨੂੰ। ਲਓ ਵੀ ਮਿੱਤਰੋ, ਕ੍ਰਿਕਟ ਦਾ ਮੈਚ ਚੱਲਦਾ ਪਿਆ, ਨਾਲ ਹੋਣ ਡਿਆ ਸ਼ੂਟ, ਕਿਆ ਬਾਤ ਹੋਈ ਪਈ ਆ, ਜੋ ਤੇ ਜਾਵੇ ਨਾ ਬੰਦਾ ਏ ਕੇ ਪਾਸੇ ਬੋਲ, ਇਹਨੂੰ ਮੈਂ ਪਹਿਲੀ ਬੋਲ 'ਤੇ ਮੈਂ ਪਹਿਲੀ ਗੱਲ ਆਊਟ ਕਰ ਦੇਣਾ ਵਾ, ਇਹ ਮੈਚ ਤੁਹਾਨੂੰ ਕੈਮਰੇ 'ਚ ਵੇਖਣ ਨੂੰ ਮਿਲੂ ਵੀਰ ਜੀ, ਵੱਡੇ ਕੈਮਰੇ ਨਾਲ ਸ਼ੂਟ ਕਰਨੇ ਬਲੌਗ ਅਸੀਂ ਆ ਜਿਹੜਾ ਨਾਲ, ਠੀਕ ਆ, ਓਕੇ।
ਲਵ ਯੂ ਚੱਲ ਗੋਰੀ ਲਾ ਵੀ ਮੈਂ ਕਿ ਵੀ ਲੈਂਦਾ ਜੇ ਰੋਡ ਕੰਪਨੀ ਦਾ ਹੈ ਪੈਸੇ ਲਵਾ ਦਿੱਤੇ ਤੁਸੀਂ ਮੇਰੇ ਹਟਦੇ ਨਹੀਂ ਜੇ ਤੁਸੀਂ ਹੈਗੇ ਹੈ ਲਾ ਵੀ ਭਾਈ ਅੱਜ ਹਮ ਕ੍ਰਿਕਟ ਦਾ ਮੈਚ ਖੇਡ ਰਹੇ ਹੈ ਤੇ ਬਹੁਤ ਆਨੰਦ ਮਾਣ ਰਹੇ ਹੈ ਇਸ ਚੀਜ਼ ਕਾ ਬਹੁਤ ਮਜ਼ਾ ਆ ਰਿਹਾ ਹਮਕੋ ਭਾਈ ਹੈ ਕਈ ਵੀਰ ਹਿੰਦੀ ਵਾਲੇ ਥੋੜ੍ਹੀ ਹਿੰਦੀ ਵਿੱਚ ਮਿਕਸ ਕਰਨੀ ਪੈ ਕਰਨੀ ਹੈ ਹੋਰ ਜੋਤੇ ਕਹਿਮ ਆ ਤੇਰੇ ਪਰੌਂਠੇ ਬਾਹਰ ਹੀ ਦਿਸਦੇ ਪੈ ਗਏ ਨੇ ਢਿੱਡ ਦੇ ਹੈ ਉਹ ਦੱਸਣ ਡਏ ਆ ਤੇ ਟੀ ਸ਼ਰਟ ਵੀ ਪਟਣੀ ਆਈ ਪਈ ਹੈਗੀ ਆ ਹੱਥ ਜੋੜਨ ਲਈ ਨੇ ਵੀਰ ਜੀ ਲਾ ਦਿਓ ਮੈਨੂੰ ਕਿਰਪਾ ਕਰਕੇ ਬਹੁਤ ਮੰਦੀ ਹਾਲਤ ਹੈਗੀ ਹੈ ਮੇਰੀ ਹੈ ਆਹ ਨੇੜੇ ਲੱਭਣਾ ਕ੍ਰਿਕਟ ਦਾ ਪੈਲੀਆਂ ਦੇ ਵਿੱਚ ਖੇਡਣ ਦਾ ਕਿੰਨਾ ਫਨ ਕਰਨ ਡਏ ਆ ਹੈ ਗਰਮੀ ਉੱਠ ਲੱਗਦੀ ਹੈ ਨਾ ਮੇਰਾ ਸੰਗ ਸੋ ਗਿਆ ਪਾਣੀ ਪੁਣੀ ਪੀਵਾਂ ਜਾ ਜੀ ਜਾ ਪੀ ਪਾਣੀ ਮੇਰਾ ਭਰਾ ਤਗੜਾ ਹੋ ਮੇਰੇ ਨੇ ਸਾਡੀ ਲੈ ਆਈ ਪਾਣੀ ਜੱਗ ਭਰ ਲਿਆ ਸਾਰਿਆਂ ਪੀ ਲੈਣਾ ਤੇ ਲੱਗੀ ਲੋ ਵੀ ਅੱਜ ਨੇ ਨੇ ਕੰਮ ਹੀ ਨਹੀਂ ਮੁੱਕਣ ਡੇ ਮੇਰੇ ਅੱਜ ਸ਼ਾਮਾਂ ਨੂੰ ਨਿਸ਼ਾਨ ਦੇ ਵਿਆਹ 'ਤੇ ਜਾਣਾ ਤਾਂ ਨਿਸ਼ਾਨ ਇੱਥੇ ਆ ਗਿਆ ਜੀ ਨਿਸ਼ਾਨ ਦੇ ਘਰੇ ਪ੍ਰੋਗਰਾਮ ਵਿਆਹ 'ਤੇ ਨਹੀਂ ਮਿਲ ਗਿਆ ਨਾ ਘਰੇ ਪ੍ਰੋਗਰਾਮ ਅੱਜ ਅਤੇ ਬਹੁਤ ਬਹੁਤ ਮੁਬਾਰਕਾਂ ਨਵੀਂ ਗੱਡੀ ਦੀਆਂ ਮੇਰੇ ਭਰਾ ਨੂੰ ਹੈ ਆਏ ਹਾਏ ਆਏ ਹਾਏ ਆਏ ਹਾਏ ਅਜੇ ਮੈਂ ਕੱਲ੍ਹ ਪਰਸੋਂ ਗੱਲ ਕਰਨ ਡਿਆ ਸੀਗਾ ਰੱਬਾ ਮੇਰੇ ਯਾਰਾਂ ਨੂੰ ਤਰੱਕੀਆਂ ਬਖਸ਼ੀ ਦੇ ਵੱਡੀਆਂ ਵੱਡੀਆਂ ਗੱਡੀਆਂ ਉਹ ਲਈ ਆਉਣ ਅਜੇ ਪਰਸੋਂ ਦੀ ਗੱਲ ਆ ਪਰਸੋਂ ਮੈਂ ਸਤਿ ਸ਼੍ਰੀ ਅਕਾਲ ਜੀ ਪਰਸੋਂ ਇਹ ਗੱਲ ਕਰਨ ਡਿਆ ਕਿ ਮੇਰੇ ਯਾਰਾਂ ਨੂੰ ਵੱਡੀਆਂ ਵੱਡੀਆਂ ਗੱਡੀਆਂ ਦੇ ਤੇ ਅਸੀਂ ਉਹਨਾਂ ਨੂੰ ਚਲਾਉਂਦੇ ਰਹੀਏ ਤੇ ਨਿਆਰੇ ਲਈਏ ਤੇ ਲੋਕਾਂ ਦੀ ਜਿਹੜੇ ਸੜਦੇ ਉਹਨਾਂ ਵਾਸਤੇ ਹੈ ਬਾਜੀ ਮਾਰ ਲਈ ਹੈ ਜਟਾਣੇ ਸਾਰ ਤੋਂ ਪਹਿਲਾਂ ਲਿਆਂਦੀ ਏ ਕਿਆ ਬਾਤ ਹੈ ਨਹੀਂ ਫਿਰ ਉੱਤੋਂ ਮਾੜਾ ਜਿਹਾ ਛਾੜ ਜਾ ਤੇ ਲਾਓ ਤੇ ਮੂਨ ਰੂਫ ਵਾਲਾ ਉਹ ਤੇਰਾ ਭਲਾ ਹੈ ਤੇਰਾ ਕਿੱਡਾ ਸੰਦਰੂਫ ਕਰਕੇ ਮੈਨੂੰ ਆਵਾਜ਼ ਸੁਣਾ ਦਿਓ ਗੱਡੀ ਦੀ ਭੋਲਾ ਗੁਰੂਆ ਕਿੱਡਾ ਸੰਦਰੂਫ ਦਿੱਤਾ ਗੁਰੂਆ ਨਹੀਂ ਸਟਾਰਟ ਕਰੋ ਤੁਸੀਂ ਇੱਕ ਵਾਰੀ ਆਪਣਾ ਨਹੀਂ ਮੈਂ ਦੱਸਣਿਆ ਕਿ ਗੱਡੀ ਓਕੇ ਹੀ ਤੁਸੀਂ ਸਟਾਰਟ ਕਰਕੇ ਆਵਾਜ਼ ਸੁਣਾ ਦਿਓ ਮੈਨੂੰ ਇੱਕ ਵਾਰੀ ਵੀ ਮੈਂ ਮੰਨ ਜੂਗਾ ਤੁਹਾਨੂੰ ਹਲੋ ਕਰੋ ਸਟਾਰਟ ਆਵਾਜ਼ ਨਹੀਂ ਹੈਗੀ ਤੁਸੀਂ ਸਟਾਰਟ ਕਰੋ ਇੱਕ ਵਾਰ ਮੈਨੂੰ ਸੀਟ ਪਹਿਲਾਂ ਪਿੱਛੇ ਕਰਨੀ ਪੈਣੀ ਲੈ ਦੇ ਸਾਹਿਬ ਨਾਲ ਚਲਾਉਂਦੇ ਨਾ ਹਾਂ ਤੇ ਗੱਲਾਂ ਲੜਾਈ ਵਾਲੀਆਂ ਹੋ ਗਈਆਂ ਨਾ ਫਿਰ ਇਹ ਤਾਂ ਪਾਰਟੀ ਵਾਲੀਆਂ ਤਾਂ ਨਹੀਂ ਨਾ ਹੋਈਆਂ ਫਿਰ ਉਹ ਵੀ ਅੱਜ ਸ਼ਾਮਾਂ ਨੂੰ ਪਾਰਟੀ ਇੰਜੋਏ ਕਰਨਗੇ ਮੁੰਡੇ ਹੈ ਗੱਡੀ ਦੀ ਪਾਰਟੀ ਰੱਖੀ ਪੈਲਸ ਨੇ ਵੇਖੀ ਭਲਾ ਵਾਹਿਗੁਰੂ ਹੋ ਗਈ ਆ ਸਟਾਰਟ ਜੀ ਜੀ ਤੋਰੋ ਗੱਡੀ ਏਸੀ ਬੰਦ ਕਰੀ ਪਵਨ ਗੇਅਰ ਪਾਓ ਤੋਰੋ ਗੱਡੀ ਇੱਕ ਵਾਰੀ ਉਹ ਗੱਡੀ ਸੱਚੀ ਸਟਾਰਟ ਹੋ ਗਈ ਆ ਮੈਂ ਨਾ ਗੱਡੀ ਤੋਰਦੇ ਕਿਉਂ ਨਹੀਂ ਜੇ ਤੁਸੀਂ ਆ ਤੇ ਪਿਛ ਤੋ ਹੋ ਨਹੀਂ ਬਾਬਾ ਫਿਰ ਆ ਮੈਂ ਆ ਮੇਰੇ ਤੁਹਾਨੂੰ ਪਤਾ ਕਿ ਨੂੰ ਸਾਪ ਮੱਟਾ ਉਹ ਨਹੀਂ ਇਹਦੇ ਕੀ ਚੱਕਰ ਯਾਰ ਭਾਂਜ ਬਾਤ ਜਮਾ ਹੀ ਨਹੀਂ ਗੱਡੀ ਦੀ ਯਾਰ ਆ ਤੇ ਪੈਟਰੋਲ ਵਾਈ ਨਹੀਂ ਹੈਗੀ ਯਾਰ ਇਦਾਂ ਨਹੀਂ ਹੋ ਸਕਦਾ ਤੇ ਜਮਾ ਹੀ ਯਾਰ ਫੁੱਦੂ ਕਰਾਉਣ ਵਾਲੀ ਗੱਲ ਹੈ ਇਹ ਹੈ ਬੜਿਆ ਪਹਿਲੇ ਦੇਣਾ ਨਾ ਵਰਤਣਾ ਕੀ ਉਹ ਮੈਂ ਬਾਰ ਬਾਰ ਨਾ ਬਟਨ ਨੱਪੀਆਂ ਆਂਦਾ ਕੀ ਹੋਇਆ ਜਸ਼ਨ ਆਂਦਾ ਕੀ ਹੋਇਆ ਮੈਂ ਜਾ ਬਾਬਾ ਨਹੀਂ ਆ ਸਭ ਤੋਂ ਤਾਂ ਮਹਾਸ਼ਾ ਕਲਰ ਬੜਾ ਸੋਹਣਾ ਲਿਆ ਯਾਰ ਕਿਹੜਾ ਕਲਰ ਇਹ ਕਲਰ ਰਾਤੀ ਕਾਲਾ ਇਹਦਾ ਦਿਨੇ ਆ ਹਰਾਇਆ ਇਹਦਾ ਸ਼ਾਮੀ ਜੇ ਬਲੂ ਇਹਦਾ ਡਾਰਕ ਤੇ ਇਹਨਾਂ ਰੰਗ ਆ ਚੱਲ ਤੇ ਪੈਸੇ ਲਾਏ ਹਨ ਇਹ ਸਹੀ ਗੱਲ ਮੈਨੂੰ ਸਭ ਤੋਂ ਵਧੀਆ ਚੀਜ਼ ਇਹਦੀ ਇਹੋ ਲੱਗੀ ਤੇ ਮੈਨੂੰ ਦੱਸੀ ਉਹਦੇ ਕਸੰਦ ਰੁਕ ਕੇ ਦਿੱਤਾ ਇਹਦੇ ਫੀਚਰ ਚੈੱਕ ਕਰਦੇ ਆ ਆਪਾਂ ਕੱਲ ਨੂੰ ਵੇਲੇ 50 ਸਾਲ ਤੋਂ ਥੱਲੇ ਬੈਟਰੀ ਦੇ ਆ ਨਾ ਅੱਛਾ ਹਾਈਬ੍ਰਿਡ ਆ ਉਹ ਤਾਂ ਬਾਹਰ ਤੀਰ ਖਾਂਦੀ ਆ ਹੁਣ ਤੂੰ ਕੁੜਤੇ ਮੈਂ ਲੈਣਾ ਆ ਕੁੜਤੇ ਦੇਵਾਂ ਮੈਂ ਮੈਨੂੰ ਕੱਲ ਦੇ ਕਹਿੰਦੇ ਨਾ ਉਹਦੇ ਕੁੜਤੇ ਪਜਾਮੇ ਲੈ ਜੀਏ ਨਾ ਇੱਕ ਮਿੰਟ ਤਾਂ ਨਵਾਂ ਇਹ ਵਿੱਚ ਵੀ ਨਵਾਂ ਸੱਪ ਕੱਢ ਕੇ ਵਿਖਾਉਣਾ ਖੋਲਿਓ ਖੁੱਲੀ ਇੱਕ ਮਿੰਟ ਡਿੱਗੀ ਖੋਲਤੀ ਮੈਂ ਚਲੋ ਇਹ ਵਧੀਆ ਚਲ ਕੁੜਤੇ ਐਵੇਂ ਉੱਚ ਪਏ ਆ ਨਾ ਨਹੀਂ ਮੈਂ ਕੁੜਤੇ ਪਜਾਮੇ ਪਿੱਛੇ ਪਏ ਆ ਪਿੱਛੇ ਪਏ ਆ ਜੋ ਇੱਕ ਰੀ ਤੁਹਾਨੂੰ ਇਹ ਵੀ ਚੀਜ਼ ਵਿਖਾਉਣੀ ਇੱਕ ਆ ਵਾ ਇਹ ਕੁੜਤੇ ਪਜਾਮੇ ਆ ਲਵੀਰ ਨੇ ਨਾ ਉਹ ਸਿਰਫ ਨਾ ਦੁਕਾਨ ਦਾ ਨਾਂ ਕੁੜਤੇ ਪਜਾਮੇ ਤੇ ਕਾਰ ਦਾ ਕੁੜਤੇ ਪਜਾਮੇ ਕੀਤਾ ਮਹਿਰ ਚਰਚ ਤੇ ਕੁੜਤਾ ਪਜਾਮਾ ਪੂਣਾ ਸੂਟ ਆ ਜਾਣ ਇਹਦਾ ਏ ਅੱਛਾ ਮੈਨੂੰ ਮੈਨੂੰ ਚੱਗੂ ਚੱਗੂ ਨੇ ਜੋ ਕਿਹਾ ਮੈਂ ਤਾਂ ਉਹ ਸੋਚ ਕੇ ਬੈਠਾ ਸੀ ਚੱਗੂ ਨੂੰ ਵੀ ਕੁੜਤਾ ਪਜਾਮਾ ਹੀ ਲੱਗਦਾ ਵਾ ਅੱਛਾ ਫਿਰ ਛੇਤੀ ਆ ਜਾਓ ਆ ਗਿਆ ਬਸ ਖੁੱਲ ਗਿਆ ਵਾ ਨਹੀਂ ਗੁਰੂਆ ਨੇ ਇਹਦੀ ਇਹਦੀ ਇੰਟਰੋ ਕਰਾਉਣਾ ਮੈਂ ਕੱਲ ਪਰਸੋਂ ਇੱਕ ਵਲੌਗ ਬਣਾ ਕੇ ਪਾਵਾਂਗੇ ਇਹਦਾ ਮੈਨੂੰ ਬੜੀ ਤਗੜੀ ਚੀਜ਼ ਲੱਗੀ ਗੁਰੂਆ ਏ ਹੁਣ ਪਤਾ ਲੱਗਾ ਜੀ ਗੋਰੀ ਚਾਹ ਪੀਏ ਚਾਹ ਨਾਲ ਰੋਟੀ ਹੈ ਦੇਸੀ ਕੰਮ ਚੱਲਣ ਡਿਆ ਅੱਜ ਗੋਰੀ ਆਪਾਂ ਨੂੰ ਉਹ ਮੰਜੇ ਲੈ ਕੇ ਆਉਣੇ ਜਿਹੜੇ ਲੱਕੜ ਜਿਹੇ ਨਹੀਂ ਹੁੰਦੇ ਜਿਹੜੇ ਹਾਂਜੀ ਜਿਹੜੇ ਕਾਨਿਆਂ ਜੀ ਵਾਲੇ ਉਹ ਲੈ ਗਏ ਜੀ ਨਾ ਨਾ ਥੱਲੇ ਬਹਿ ਜੀ ਸਗੋਂ ਥੱਲੇ ਘਾਹ ਦੇ ਇੱਥੇ ਹਨਾ ਸਮਝ ਬਈ ਇੱਥੇ ਬਹਿਣਾ ਜਿੱਥੇ ਆਪ ਕੁਰਸੀਆਂ ਲਾਈਆਂ ਨੇ ਅਸੀਂ ਘਾਹ ਲਵਾਇਆ ਐਸੇ ਕੰਬਲੀ ਇਹਦੇ ਹੈ ਓਏ ਆ ਮੇਰਾ ਵੀਰਾ ਪ੍ਰਸ਼ਾਦਾ ਥੱਲੇ ਚੱਲੂਗਾ
ਮੈਨੂੰ ਚੱਕ ਦੇ ਰਾਣੀ ਕੋ ਆ ਚੱਕ ਲੈਂਦੇ ਕੋਈ ਬਿਠੇ ਆ ਇੱਥੇ ਇੱਥੇ ਨੂੰ ਦੇ ਦੇ ਲੈ ਆ ਵੀ ਤੋਰੀ ਇੱਥੇ ਰਾ ਦੇ ਤਾਂ ਨਾ ਲੈ ਆਣੀ ਅੱਜ ਕੰਨ ਨੂੰ ਕੋਈ ਨਹੀਂ ਕੋਈ ਨਹੀਂ ਤੁਸੀਂ ਤਾਂ ਇੱਥੇ ਗਏ ਲਾ ਆ ਜਾ ਥੱਲੇ ਇੱਧਰ ਇਹ ਪਾਸੇ ਇੱਧਰ ਆ ਇੱਧਰ ਆ ਲੈ ਆ ਆ ਕਰ ਦਿਓ ਮਣੇ ਕੱਪੜੇ ਲਾ ਮਿੱਤਰੋ ਅਸੀਂ ਹੁਣ ਵਿਹਲੇ ਜੇ ਕਿਉਂ ਗੋਰੀ ਅੱਜ ਕੰਮ ਬੜੇ ਕਰਨ ਵਾਲੇ ਵਲੌਗ ਨਹੀਂ ਬਣਾਇਆ ਗਿਆ ਮਿੱਤਰੋ ਤੇ ਜਿਹੜਾ ਬਣਾਇਆ ਉਹ ਵੀ ਨਹੀਂ ਪਾਇਆ ਗਿਆ ਹੈ ਦੱਸ ਦੇ ਨਹੀਂ ਅਸੀਂ ਤਾਂ ਗੁਰੂ ਸਵੇਰ ਦੇ ਨਾਲ ਬਾਪੂ ਨੂੰ ਦੱਸ ਕਿਸੇ ਨੂੰ ਨਹੀਂ ਮਿਲਿਆ ਮੈਂ ਗੋਰੀ ਅਤੇ ਜਿਹੜੇ ਸਾਡੇ ਦੋ ਵੀਰ ਹੋ ਰਹੇ ਸੀ ਅਸੀਂ ਕੰਮ ਕਰ ਕਰਕੇ ਸਵੇਰੇ ਤੁਹਾਨੂੰ ਵਿਖਾਵਾਂਗੇ ਮਾਹੌਲ ਅਤੇ ਹੁਣ ਚੱਲੀਏ ਪਾਰਟੀ ਵਾਲੇ ਘਰ ਚਲੀ ਜਾਣਾ ਉੱਧਰ ਗੋਰੀ ਜਾਣਾ ਤੂੰ ਬੰਦੇ ਲਿਆ ਜੀ ਹੈ ਜਾਣਾ ਜਾਣਾ ਕੱਪੜੇ ਪਾਈ ਪਹਿਲਾਂ ਹਰਮਨ ਕਰੋ ਫਿਰ ਚ ਮਿਸਤਰੀ ਹੋ ਜਾਵੇ ਡੇ ਸਵੇਰੇ ਵਿਖਾਉਂਦੇ ਆਪਾਂ ਇਹਨਾਂ ਨੂੰ ਕਿੰਨਾ ਕੰਮ ਖਿੱਚਦਾ ਮਿਸਤਰੀਆਂ ਨੇ ਹੈਂ ਹਾਂਜੀ ਆਪਾਂ ਇੱਦਾਂ ਕਰੀਏ ਹਰਮਨ ਘਰ ਚੱਲੀਏ ਅਤੇ ਤਿਆਰ ਹੋਈਏ ਜਾ ਕੇ ਉੱਥੋਂ ਹੈ ਨਾ ਚਲੋ ਫਿਰ ਚੱਲਦੇ ਪ੍ਰੋਗਰਾਮ ਦੋ ਆ ਇੱਕ ਤਾਂ ਆਪਣੇ ਪਿੰਡ ਵਾਲਾ ਅਤੇ ਇੱਕ ਹੈਗਾ ਨਿਸ਼ਾਨ ਵਾਲਾ ਅਤੇ ਪਿੰਡ ਵਾਲਾ ਆਪਣਾ ਕੱਲ੍ਹ ਵੀ ਆ ਇੰਨਾ ਹੱਲ ਮੇਰਾ ਤਾਂ ਪਹਿਲਾਂ ਆਪਾਂ ਨਿਸ਼ਾਨ ਵਾਲਾ ਅੱਜ ਵੇਖ ਲਈਏ ਹੈ ਨਾ ਪਿੰਡ ਵਾਲਾ ਅਤੇ ਕੱਲ੍ਹ ਵੀ ਵੇਖ ਲਾਂਗੇ ਆਪਾਂ ਕੱਪੜੇ ਪਾਉਣੇ ਸੀ ਤੁਹਾਨੂੰ ਅੱਡੇ 'ਤੇ ਲਾਵਾਂ ਫਿਰ ਮੈਂ ਤੁਸੀਂ ਤਿਆਰ ਹੋ ਗਏ ਅੱਡੇ 'ਤੇ ਉਹ ਤਾਂ ਮੈਂ ਹਰ ਆਪਣੇ ਘਰੋਂ ਮੈਂ ਵੀ ਤਿਆਰ ਹੋ ਕੇ ਆ ਗਿਆ ਚੱਲ ਵੀ ਰਾਣੀ ਹੈ ਚੱਲੀਏ ਲੇਟ ਹੋ ਗਏ ਯਾਰ ਵਿਆਹ 'ਤੇ ਟਾਈਮ ਹੋ ਗਿਆ ਜੇ ਵਾਹ ਭਾਈ ਕੰਮ ਕਾਰ ਨਹੀਂ ਮੁੱਕਦੇ ਗੁਰੂਆ ਚੱਲ ਵੀ ਲੋ ਵੀ ਮਿੱਤਰੋ ਚਲੋ ਚੱਲੀਏ ਬੜੇ ਕੱਸੇ ਹੱਥ ਲਏ ਆ ਠੰਡ ਲੱਗਦੀ ਆ ਨਹੀਂ ਨਹੀਂ ਵੇ ਤੇ ਬੜਾ ਪਹਿਨਾ ਤੂੰ ਸਮਝ ਗਿਆ ਇਹਦਾ ਢਲਦਾ ਜੀੜ ਲੱਗਦਾ ਠੀਕ ਪੱਕੀ ਗੱਲ ਹੈ ਅੱਜ ਤੇਰੀ ਇੱਛਾ ਪੂਰੀ ਕਰਤੀ ਤੂੰ ਗਾਲੀ ਫੀਟ ਤੇ ਪਾਤਾ ਮੈਂ ਨਾਲ ਆਪਣੇ ਹੈ ਨਹੀਂ ਅੱਧ ਕਿਉਂ ਮਾਰਤਾ ਤੂੰ ਤੇਰਾ ਮਾਰਾਂਗੇ ਤੇਰਾ ਮਾਰਾਂਗੇ ਤਦੇ ਜਾਲੀਆਂ ਲੱਗੀਆਂ ਤੇਰੀ ਭੈਣ ਹੋ ਗਿਆ ਮੰਨੇ ਪੂਰਾ 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 ਵਰਦਾ ਹੀ ਬੰਨੇ ਦੀ ਵੀ ਲਾ ਲਓ ਨਹੀਂ ਇੱਧਰ ਨੀ ਲਾ ਦੂ ਹਵੀ ਜਾਲੀ ਲਾ ਦੇ ਹੁਣ ਮੇਰਾ ਭਰਾ ਲਾ ਦੇ ਲਾ ਦੇ ਤਿਆਰ ਹੋ ਕੇ ਮਿੰਟ ਮਿੰਟ ਪਹੁੰਚਣ ਦੀ ਕੋਸ਼ਿਸ਼ ਕਰੇ ਹੁਣ ਭੁੱਖ ਬੜੀ ਲੱਗੀ ਸਾਰਾ ਸਵੇਰ ਦਾ ਖਾਦਾ ਕੋਈ ਨੀ ਤਾਂ ਅੱਜ ਨਾ ਮੈਂ ਕਹਿੰਦੇ ਵਿਆਹ ਵੇਖਣੇ ਆ ਲੋ ਵੇ ਮਿੱਤਰੋ ਇੱਕ ਤੇ ਵਿਆਹ ਇੱਧਰ ਜੇ ਵੇਖਾਂਗੇ ਆਪਾਂ ਸਵੇਰੇ ਹੈਂ ਅੱਜ ਆਪਾਂ ਤਰਨ ਤਰਨ ਨਿਸ਼ਾਨ ਵਾਲਾ ਭੁਗਤਾੜੀਏ ਯਾਰ ਇੱਧਰ ਮਾਤਾ ਹੋਣੀ ਤੁਰੀਆਂ ਉਹਦੀਆਂ ਮਿੱਤਰੋ ਯਾਰ ਹੋਣੀ ਹੋ ਗਏ ਜੇ ਤਿਆਰ ਚੱਲੀ ਅੰਕਲ ਨਹੀਂ ਮੈਂ ਕੀ ਕਰਨਾ ਤੂੰ ਹੋਇਆ ਚੱਲ ਤੂੰ ਲੱਗ ਗਿਆ ਭੁਗਤਾ ਵਿਆਹ ਭੁਗਤਾਲਾ ਮੈਂ ਦੂਰ ਵਾਲਾ ਭੁਗਤਾ ਆਉਣਾ ਆਓ ਚੱਲੀ ਟੋਰਾਂ ਬੜੀਆਂ ਮਾਰੀਆਂ ਤੇ ਹੈ ਚੱਲੀ ਆਜੋ ਫਿਰ ਮਿੱਤਰੋ ਗੱਡੀਆਂ ਸਾਰੀਆਂ ਘਰੇ ਅੱਜ ਹੈ ਅਸੀਂ ਤਾਂ ਜਾਵਾਂਗੇ ਡਰਾਈਵਰ ਤੇ ਬਸ ਮਾਰ ਚਲੋ ਲੈ ਵੀ ਮਿੱਤਰਾ ਗੱਡੀ ਕਰ ਲਈ ਆਪਾਂ ਜੇ ਜੇ ਹਰਮਨ ਕਹਿੰਦਾ ਕਿ ਮੈਨੂੰ ਚਾਹੀਦੀ ਆ ਤੇ ਯਾਰ ਨਹੀਂ ਫਿਰ ਵਰਨਾ ਖਿੱਚਦੀ ਵਰਨਾ ਸੱਜੀਆਂ ਵੇ ਤਿਆਰ ਹੋਏ ਕਿੱਦਾਂ ਬੈਠੀਆਂ ਮਿੰਟ ਮਿੰਟ ਹੀ ਆ ਗਏ ਅੱਡੇ ਦੇ ਹੈ ਗੋਲੀ ਵਾਂਗੂ ਹੀ ਵਿਆਹ ਨਹੀਂ ਛੱਡਣਾ ਮੇਰੇ ਵੀਰੇ ਉਹ ਸਵੇਰ ਦੀ ਰੋਟੀ ਨਹੀਂ ਖਾਧੀ ਅਸਲ ਨਾ ਟਾਈਮ ਨਹੀਂ ਲੱਗਾ ਸਵੇਰੇ ਰੋਟੀ ਖਾਣੀ ਗੁਰਾ ਸਾਰਾ ਦਿਨ ਕੰਮ ਕਾਰ 'ਚ ਲੰਘ ਗਿਆ ਹੁਣ ਸ਼ਡਿਊਲ ਬਿਜੀ ਰਹਿਣਾ ਵਲੋਗ ਵੀ ਘੱਟ ਜਾਣੇ ਮੇਰੇ ਹਿਸਾਬ ਨਾਲ ਕੰਮ ਕਾਰਨ ਵਿਹੜ ਗਈ ਘਰ ਘੁਰ ਦਾ ਮਿਸਤਰੀ ਹੱਥ ਪਲਾ ਜੋੜੀ ਕਹਿੰਦਾ ਕਿ ਪਾਊ ਛੇਤੀ ਦੀ ਕਰੋ ਤੇ ਜਾਓ ਹੈਨਾ ਵਲੋਗ ਬਣਾਉਂਦੇ ਚੱਕਰ ਵਿੱਚ ਕੰਮ ਉੜੇ ਰਹਿ ਜਾਂਦੇ ਯਾਰ ਵੀ ਇੱਥੋਂ ਆਪਾਂ ਇੱਕ ਆਪਣੇ ਸੱਜਣ ਨੂੰ ਚੁੱਕਣਾ ਹੀ ਤੇ ਫਿਰ ਜਾਣਾ ਹੀ ਵਿਆਹ ਆ ਜਾ ਬਈ ਉਹ ਖੋੜੀ ਲੱਗੀ ਨਾ ਟਾਈਮ ਨਹੀਂ ਕੱਢ ਗੋ ਵਾਪਸ ਆ ਗਏ ਵਾਪਸੀਆਂ ਹੋ ਗਈਆਂ ਗੱਡੀਆਂ ਖਾਲੀ ਕਰਨਗੀਆਂ ਲੋੜ ਆਪਾਂ ਅੰਦਰ ਕਰਨ ਚੱਲੇ ਹੁਣ ਫਿਰ ਆਵਾਂਗੇ ਫਿਰ
बना किधर जाना ओहो बहुत बहुत स्वागत जसकिरत दे व्याह ओके ओके कोटा पूरा कर लो गए चोर तुही जे मैं गई सारे पास ਏਦਾਂ ਦਾ ਘਰ ਪਾਉਣਾ ਯਾਰ ਭੁਲੇਖਾ ਪੈ ਗਿਆ ਪਹਿਲਾਂ ਆਪਾਂ ਹੋਰ ਨਕਸ਼ਾ ਲੈ ਲਿਆ ਹਟਾਈਆਂ ਨਕਸ਼ਾ ਮੈਨੂੰ ਸੱਜਾ ਦਾ ਪਸੰਦ ਆ ਸੱਚੀ ਜਾਨ ਮੇਰੇ ਵੀ ਇਹ ਦਿਮਾਗ ਚ ਨਹੀਂ ਆ ਹੁਣ ਆਪਣਾ ਮੈਂ ਉੱਤੇ ਬਣਾਉਣਾ ਹੈਗਾ ਪਰ ਆਪਣਾ ਨਕਸ਼ਾ ਹੀ ਹੋ ਰਿਹਾ ਯਾਰ ਮੈਂ ਹੋਰ ਨਕਸ਼ਾ ਬਣਾ ਪਰ ਆ ਮੈਨੂੰ ਹੁਣ ਇੱਥੋਂ ਵੇਖ ਜਿੱਦਾਂ ਹੈ ਕਿ ਏਦਾਂ ਦਾ ਚਾਹੀਦਾ ਸੀ ਡਾਰਲਿੰਗ ਭਾਵੇਂ ਇਕੱਲਾ ਬੁਗੇ ਤੇ ਬਣਾਵਾ ਨਾ ਮੈਂ ਕਹਾਂਗਾ ਜੀ ਹੁਣ ਸਾਰੇ ਬੜਾ ਗਰੋ ਮੰਡੇ ਮੈਂ ਜੋ ਨੇ ਨੇ ਲਾਈਟਾਂ ਦਾ ਕਮਾਲ ਹੀ ਸਾਲਿਆ ਮੂੰਹ ਤੇ ਧੋਣ ਵਾਲੀ ਜਿੰਸਾ ਨਹੀਂ ਆ ਯਾਰ ਅੱਜ ਤੂੰ ਵੇਖ ਮੈਂ ਨਹਾਤਾ ਵੀ ਨਹੀਂ गोरी ते मन्ना रहन गे इत्थे अपने घरे चलांगे हरमन दे कोल उथों उठ के फिर सवेरे जिम जुम लावांगे होर काम कर सवेरे सच फिर आपां नूं ब्याह सवेरे फिर रौनक मेला होना पूरा तुहानूं गल्लां होणियां सवेरे है चल बी चली ली पहुँच गए आप इधर हरमन घरे इन्हें बार खुला ही छड़िया है पता है कि सज्जी ने इत्थे ही आना है दरिया सरदा ही वे सेरा करता वेट ही करन डिया मेरी कदों आवे है ये जी नहीं लगता हूँ फिर आप आ गए हैं